ਸਾਡਾ ਹੱਕ ਮਾਰਨ ਵਾਲਿਓ ਤੁਹਾਡਾ ਕੱਖ ਨਾ ਰਹੇ। ਬੱਚੇ ਭੁੱਖੇ ਮਰਦੇ ਨੇ, ਤੁਹਾਡਾ ਸਿਆਪਾ ਕਰਦੇ ਨੇ, ਕੁਝ ਅਜਿਹੇ ਹੀ ਨਾਰੇ ਅੱਜ ਮੁਕਤਸਰ ਸਾਹਿਬ ਵਿਖੇ ਗੂੰਜ ਰਹੇ ਸਨ। ਕਿਉਂ? ਦੇਖੋ ਇਸ ਰਿਪੋਰਟ ਵਿੱਚ। ਇਹ ਨਾਰੇਬਾਜ਼ੀ ਕਰ ਰਹੇ ਲੋਕ ਉਹ ਲੋਕ ਨੇ ਜਿਨ੍ਹਾਂ ਸਰਕਾਰ ਦੀ 100 ਦਿਨਾਂ ਸਕੀਮ ਤਹਿਤ ਮਜ਼ਦੂਰੀ ਤਾਂ ਕੀਤੀ ਪਰ ਇਹਨਾਂ ਨੂੰ ਇੱਕ ਧੇਲਾ ਤੱਕ ਨਹੀਂ ਮਿਲਿਆ। ਪਿੱਟ ਸਿਆਪਾ ਕਰ ਰਹੀਆਂ ਇਹ ਉਹ ਬਜ਼ੁਰਗ ਔਰਤਾਂ ਨੇ ਜੋ ਲੰਮੇ ਸਮੇਂ ਤੋਂ 250 ਰੁਪਏ ਪੈਨਸ਼ਨ ਦੀ ਉਡੀਕ ਕਰ ਰਹੀਆਂ ਨੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਣਦਾ ਹੱਕ ਤਾਂ ਇੱਕ ਪਾਸੇ, ਸਗੋਂ ਜਦੋਂ ਵੀ ਉਹ ਆਪਣੇ ਹੱਕ ਮੰਗਣ ਲਈ ਪ੍ਰਸ਼ਾਸਕ ਅਧਿਕਾਰੀਆਂ ਕੋਲ ਆਉਂਦੇ ਨੇ ਤਾਂ ਉਹਨਾਂ ਨਾਲ ਮਾੜਾ ਵਿਹੇਵ ਕੀਤਾ ਜਾਂਦਾ ਹੈ ਅਤੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਉਹ ਥਾਂ ਥਾਂ ਭਟਕ ਰਹੇ ਨੇ। ਮੰਗਾਂ ਮਨਵਾਉਣ ਲਈ ਨਾਰੇਬਾਜ਼ੀ ਕਰ ਪ੍ਰਸ਼ਾਸਨ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾ ਰਹੇ ਦੇਸ਼ ਦੇ ਇਹਨਾਂ ਨਾਗਰਿਕਾਂ ਨੂੰ ਇੱਕ ਵਾਰ ਫਿਰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਇਹਨਾਂ ਦੀਆਂ ਮੰਗਾਂ ਉੱਤੇ ਗੌਰ ਫਰਮਾਇਆ ਜਾਵੇਗਾ। ਜਿਹੜਾ ਪਿਛਲੇ ਅੱਧੇ ਘੰਟੇ ਤੋਂ ਅਸੀਂ ਗੱਲ ਕਰ ਰਹੇ ਸੀ ਉਹਦੇ 'ਚ 4-5 ਫੈਸਲੇ ਹੋਏ ਆ ਕਿ ਇੱਕ ਬੜੀ ਵੱਡੀ ਸਮੱਸਿਆ ਮਸਟਰੋਲ ਦੀ ਕਾਪੀ ਨਹੀਂ ਮਿਲਦੀ। ਉਹ ਸਟਾਫ ਵਾਲੇ ਕਹਿ ਰਹੇ ਨੇ ਕਿ 1 ਤਰੀਕ ਤੋਂ ਜਾਣੀ ਕਿ ਅੱਜ ਤੋਂ 3-4 ਦਿਨ ਬਾਅਦ ਜਿਹੜਾ ਵੀ ਕੰਮ ਸ਼ੁਰੂ ਹੋਏਗਾ ਉਹਦੀ ਮਸਟਰੋਲ ਦੀ ਕਾਪੀ ਤੁਹਾਨੂੰ ਮਿਲ ਜਾਇਆ ਕਰੇਗੀ। ਦੂਸਰੀ ਗੱਲ ਹੈ ਕਿ 2 ਤਰੀਕ ਤੋਂ ਕੁਛ ਇਹ ਸ਼ਿਕਾਇਤਾਂ ਨੇ ਕਿ ਜੀ ਸਾਡਾ ਕੰਮ ਕੀਤਾ ਹੋਇਆ ਸੀ, ਸਾਡੀ ਪੇਮੈਂਟ ਨਹੀਂ ਆਈ ਹੈਗੀ, ਉਹ ਪੇਮੈਂਟ ਕਿੱਧਰ ਗਈ। ਤਾਂ ਉਹ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ, ਆਧਾਰ ਲਿੰਕ ਖਾਤੇ ਹੋਣ ਕਰਕੇ ਉੱਧਰ ਨੂੰ ਪੇਮੈਂਟ ਜਾਂਦੀ ਆ, ਤਾਂ ਉਹ ਕਿਸੇ ਦਾ, ਮੈਂ ਨਹੀਂ ਕਹਿੰਦਾ ਸਾਰਿਆਂ ਦਾ, ਕੋਈ ਸਾਰੇ ਝੂਠੇ ਨਹੀਂ ਹੈਗੇ, ਕਿਸੇ ਦੀ ਪੇਮੈਂਟ ਉਹ ਵਾਲੀ ਕਿਸੇ ਹੋਰ ਖਾਤੇ ਦੇ ਵਿੱਚ ਗਈ ਹੋਈ ਆ, ਉਹਦਾ ਇਹ ਪਤਾ ਕਰਕੇ 2 ਤਰੀਕ ਨੂੰ ਦੱਸਣਗੇ। ਦੇਸ਼ ਦੇ ਇਹਨਾਂ ਨਾਗਰਿਕਾਂ ਦੀਆਂ ਮੰਗਾਂ ਉੱਤੇ ਗੌਰ ਕਦੋਂ ਫਰਮਾਇਆ ਜਾਵੇਗਾ ਇਸ ਬਾਰੇ ਤਾਂ ਸਮਾਂ ਹੀ ਦੱਸੇਗਾ, ਪਰ ਹੱਥ ਜੋੜ ਕੇ ਆਪਣੇ ਬੱਚਿਆਂ ਦੇ ਪੇਟ ਪਾਲਣ ਲਈ ਹੱਕ ਮੰਗ ਰਹੇ ਇਹ ਉਹ ਲੋਕ ਨੇ ਜਿਨ੍ਹਾਂ ਅੱਗੇ ਵੋਟਾਂ ਸਮੇਂ ਲੀਡਰ ਹੱਥ ਜੋੜ ਕੇ ਇਹਨਾਂ ਹੀ ਸਕੀਮਾਂ ਦੇ ਹਵਾਲੇ ਦਿੰਦੇ ਨੇ ਅਤੇ ਵੋਟਾਂ ਬਟੋਰਦੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।